ਪਰ ਯੂਐਸਏ ਦੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਆ ਕਹਿ ਰਹੇ ਆ ਕਿ ਡਿਲੇ ਹੋਣੀ ਚਾਹੀਦੀ ਆ T20 ਦੀ ਇਲੈਕਸ਼ਨਸ ਦੇ ਵਿੱਚ ਸੋ ਉਹਨਾਂ ਦਾ ਬਹਾਨਾ ਕੀ ਆ ਕਿ ਕਹਿ ਰਹੇ ਵੀ ਜਿਹੜੇ ਆਪਣੇ ਤੁਸੀਂ ਵੋਟਾਂ ਬੈਲਟ ਮੇਲ ਦੇ ਵਿੱਚ ਤੁਸੀਂ ਪਾ ਕੇ ਵੋਟ ਕਰ ਸਕਦੇ ਆ ਉਹਦੇ ਵਿੱਚ ਹਿਰਾਫੇਰੀ ਹੋ ਸਕਦੀ ਆ ਬਿਲਕੁਲ ਸਹੀ ਅੱਜ ਜਿਹੜਾ ਇਹ ਪੈਂਡੇਮਿਕ ਨੂੰ ਹੈਂਡਲ ਕਰਨ ਦਾ ਜਿਹੜਾ ਸਾਡੇ ਜਿਹੜੇ ਸਰਪੰਚ ਸਾਹਿਬ ਦਾ ਤਰੀਕਾ ਸੀਗਾ ਉਹ ਕੁਝ ਡਿਫਰੈਂਟ ਸੀ ਉਹਦੇ ਨਾਲ ਜਿਹੜੀ ਉਹਨਾਂ ਦੀ ਪਪੂਲਾਰਿਟੀ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਪਹਿਲਾਂ ਪੋਲ ਹੋਏ ਨੇ ਉਹਨਾਂ ਦੀ ਪਪੂਲਾਰਿਟੀ 50% ਤੋਂ ਉੱਪਰ ਸੀਗੀ ਲੇਕਿਨ ਜੋ-ਜੋ ਇਹ ਪੈਂਡੇਮਿਕ ਦਾ ਇਹ ਨੰਬਰਸ ਵਧੇ ਜਾਂਦੇ ਨੇ ਉੱਥੇ ਮੌਤਾਂ ਵਧੀਆਂ ਜਾਂਦੀਆਂ ਨੇ ਤਿਉਹਤੋਂ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਪਪੂਲਾਰਿਟੀ ਡਾਊਨ ਹੈ ਉਹਨਾਂ ਦੇ ਬਰ ਖਿਲਾਫ ਜਿਹੜੇ ਦੂਸਰੇ ਵੱਡੇ ਅੱਦੇ ਦਾਰ ਨੇਗੇ ਜਿਹਨਾਂ ਨੇ ਕਿਹਾ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਮਿਸਟਰ ਜੋ ਬਾਈਡਨ ਲੜੂਗਾ ਉਹਨਾਂ ਦੀ ਪਪੂਲੈਰਿਟੀ ਇੰਨੀ ਨਹੀਂ ਸੀ ਸੋ ਜਿਹੜਾ ਸਾਡਾ ਯੂਐਸਏ ਦਾ ਪ੍ਰੈਜ਼ੀਡੈਂਟ ਡੋਨਲਡ ਟਰਪੋਕਿੰਦੇ ਵੀ ਇਹ ਬੀਸਿਕਲੀ ਇਟ ਡਿਲੇ ਹੋ ਸਕਦਾ ਆ ਵੋਟਸ ਦੇ ਵਿੱਚ ਕਿ ਕਿ ਲੋਕਾਂ ਨੇ ਜਿਹੜੀ ਇਹ ਵੋਟਸ ਆ ਇਹ ਕਿਤੇ ਨ ਕਿਤੇ ਟੈਂਪਰ ਕਰ ਸਕਦੇ ਆ ਜਿਨ੍ਹਾਂ ਘਰੇ ਨਹੀਂ ਜਿਸ ਜਿਨ੍ਹਾਂ ਵੋਟ ਪਾਣੀ ਉਹਦੀ ਜਗਾ ਪਾ ਸਕਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਕਿ ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਬੈਠੇ ਆ ਲਿਵਿੰਗ ਰੂਮਸ ਦੇ ਵਿੱਚ ਫੇਕ ਵੋਟ ਸਪਾਈ ਜਾਂਦੇ ਆ ਟਵੀਟ ਵੀ ਕੀਤੀ ਅੱਜ ਕਹਿੰਦੇ ਵੀ ਯੂਨੀਵਰਸਲ ਮੇਲ ਇਨ VOTING ਵਿਲ ਮੇਕ ਨੋਵੇੰਬਰਸ ਵੋਟ ਦ ਮੋਸਟ ਇਨੈਕੂਰੇਟ ਬਿਲਕੁਲ ਸਹੀ ਹੈ ਫਰਾਜੁਲੈਂਟ ਇਲੈਕਸ਼ਨ ਇਨ ਹਿਸਟਰੀ ਐਂਡ ਅ ਗ੍ਰੇਟ ਐਮਬੈਰੈਸਮੈਂਟ ਟੂ ਦ ਯੂ ਐਸ ਏ ਉਹਨਨੋ ਯੂ ਐਸ ਏ ਐਮਬੈਰੈਸਮੈਂਟ ਹੈ ਜੀ ਕਿ ਐਮਬੈਰੈਸਮੈਂਟ ਪਰਸਨਲ ਹੈ ਰਾਈਟ ਉਹ ਕਹਿੰਦੇ ਵੀ ਯੂ ਐਸ ਏ ਦੀ ਨਾਬੇਜ਼ਤੀ ਹੋ ਜਾਵੇ ਇਹਦੇ ਵਿੱਚ ਜੇ ਅਸੀਂ ਇਹ ਤਰੀਕਾ ਯੂਜ਼ ਕੀਤਾ ਇਹ ਸਾਰਾ ਕੁਝ ਦੇਖ ਕੇ ਮਿਸਟਰ ਟਰੰਪ ਦੀ ਗੱਲ ਇੱਕ ਇਹ ਵੀ ਹੈ ਪਹਿਲਾਂ ਵੀ ਇੱਕ ਵਾਰੀ ਬਹੁਤ ਵਾਰੀ ਗੱਲ ਹੋਈ ਹੈ ਵੀ ਇਹਨਾਂ ਨੂੰ ਹਾਰ ਨਾ ਪਸੰਦ ਕੋਈ ਇਹਨਾਂ ਨੂੰ ਕੋਈ ਗੱਲ ਪੁੱਛੇ ਇਹਨਾਂ ਨੂੰ ਉਹ ਪਸੰਦ ਨਹੀਂ ਔਰ ਐਸ ਵਾਰੀ ਚਾਂਸਸ ਜਦੋਂ ਲੱਗਦੇ ਨੇ ਵੀ ਕੁਛ ਨਾ ਕੁਛ ਹੋਣਾ ਹੈ ਫਿਰ ਉਸ ਟਾਈਮ ਇਹ ਕਹਿੰਦੇ ਇਲੈਕਸ਼ਨਾਂ ਜਿਹੜੀਆਂ ਕੈਂਸਲ ਕਰ ਦਿਓ ਇਹ ਯੂਐਸ ਦੇ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਇਲੈਕਸ਼ਨ ਜਿਹੜੀਆਂ ਨੇ ਉਹ ਮੁੱਲਤਵੀ ਐਸ ਹਿਸਾਬ ਨਾਲ ਕੀਤੀਆਂ ਜਾ ਸਕਦੀਆਂ ਜੀ ਬਿਲਕੁਲ ਲੇਕਿਨ ਇਹ ਚੀਜ਼ ਨਾ ਯੂਐਸ ਦੀ ਘੱਟ ਤੇ ਪਰਸਨਲ ਜ਼ਿਆਦਾ ਹੈ ਜੀ ਚੈਨਲ ਪੰਜਾਬੀ ਹੀ ਤੇ ਗਲੋਬਲ ਪੰਜਾਬ ਦੇ ਕੀਤੇ ਵੀਰਸ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਹਾਂ ਤੁਹਾਡੀ ਆਪਣੀ ਸੁਖੀ ਗੁੱਡ ਮਾਰਨਿੰਗ ਟੂ एवरीवन ਦੈਟਸ ਟਿਊਨਡ ਇਨ ਲਾਈਵ ਕਾਸਟ ਕਰਕੇ ਸਰੀ ਦੇ ਵਿੱਚ ਕਰਕੇ ਸਰੀ ਦੇ ਵਿੱਚ ਸਾਡਾ ਸ਼ੋਅ ਜਿਹੜਾ ਤੁਹਾਡੇ ਵਾਸਤੇ ਅਸੀਂ ਲਾਈਵ ਪਾਡਕਾਸਟ ਕਰ ਰਹੇ ਹਾਂ ਤੇ ਜਿੱਥੇ ਵੀ ਤੁਸੀਂ ਦੁਨੀਆ ਭਰਸਾਂ ਨਾਲ ਜੁੜਿਆ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਇੱਕ ਹਮੇਸ਼ਾ ਦੀ ਤਰ੍ਹਾਂ ਇੱਕ ਜਿਹੜਾ ਪ੍ਰੋਗਰਾਮ ਹੈ ਸਟੇ ਵਿਦ ਦ ਨਿਊਇਸਟ ਹੈਡਲਾਈਨਸ ਐਂਡ ਅਪਡੇਟਸ ਰਾਈਟ ਅਕ੍ਰੋਸ ਦ ਵਰਲਡ ਇਸੇ ਉਤੋਂ ਨਸੀ ਰਿਮਾਈਂਡ ਕਰ ਦਈਏ ਪੰਜਾਬੀ ਦੇ ਵਿੱਚ ਵੀ ਹੋਵੇਗਾ ਤੇ ਇੰਗਲਿਸ਼ ਦੇ ਵਿੱਚ ਵੀ ਹੋਵੇਗਾ ਤਾਂ ਕਰਕੇ ਜਿਹੜੀ ਸਾਡੇ ਇਧਰ ਲਈ ਜਿਹੜੀ ਨੌਜਵਾਨ ਜਿਹੜੀ ਪੀੜ੍ਹੀ ਆ ਕੈਨੇਡੀਅਨਸ ਨੂੰ ਅਸੀਂ ਨਾਲ ਉਹਨਾਂ ਨੂੰ ਵੀ ਜੋੜ ਸਕੀਏ ਪਰ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਾ ਰਲ ਕੇ ਸਵਾਗਤ ਕਰੀਏ ਮਾਈ ਬਿਊਟੀਫੁਲ ਹੋਸਟ ਅਮਰਿਤ ਪੱਟੀ ਅਮਰਿਤ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਸੋ ਇਟਸ ਅ ਵੈਰੀ ਗੁੱਡ ਮਾਰਨਿੰਗ ਐਕਚੁਅਲੀ ਗੱਲ ਤੋਂ ਸ਼ੁਰੂ ਹੋ ਗਈ ਸੀ ਕਿ ਜਿਹੜੀ ਆਈ ਥਿੰਕ ਗੁੱਡ ਨਿਊਜ਼ ਆਪਾਂ ਕਹਿ ਸਕਦੇ ਖਾਸ ਕਰਕੇ ਵੀਸੀ ਪੇਰੈਂਟਸ ਤੇ ਸਟੂਡੈਂਟਸ ਤੇ ਟੀਚਰਸ ਵਾਸਤੇ ਆਮ ਸੋ ਜਿਹੜੀ ਗੱਲ ਦੀਆਂ ਹੈਡਲਾਈਨਸ ਆ ਚਾਹੌਲ ਪੰਜਾਬੀ ਤੇ ਆਪਾਂ ਬ੍ਰੇਕਿੰਗ ਨਿਊਜ਼ ਵੀ ਗੱਲ ਕੀਤੀ ਸੀਗੀ ਵੀ ਆ ਵੀ ਆ ਰੈਡੀ ਟੂ ਰੋਲ ਬੈਕ ਇੰਟੂ ਸਕੂਲ ਇਨ ਸੈਪਟੈਂਬਰ ਵੀਸੀ ਵਾਸਤੇ ਕੋਸ਼ ਖਬਰ ਇਹ ਹੈ ਸਟੂਡੈਂਟਸ ਲਈ ਤੇ ਮੇਰੇ ਖਿਆਲ ਪੇਰੈਂਟਸ ਵਾਸਤੇ ਵੀ ਬਿਲਕੁਲ ਸਹੀ ਗੱਲ ਹੈ ਸੋ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਸੀ ਇਸ ਗੱਲ ਦੀ ਵੇਟ ਕਰ ਰਹੇ ਸੀ ਬੱਚਿਆਂ ਨੂੰ ਬਹੁਤ ਦੇਰ ਘਰੇ ਬ ਬਹੁਤ ساری ਪਹਿਲਾਂ ਗੱਲ ਤਾਂ ਉਹ ਘਰੇ ਬੈਠ ਕੇ ਪੜ੍ਹਦੇ ਨਹੀਂ ਮਾਪਿਆਂ ਦੀ ਉਸ ਤਰ੍ਹਾਂ ਸੁਣਦੇ ਨਹੀਂ ਜਿਵੇਂ ਟੀਚਰਸ ਦੀ ਸੁਣਦੇ ਆ ਦੂਸਰੀ ਗੱਲ ਇੰਟਰੈਕਸ਼ਨ ਕਰਨਾ ਤਾਂ ਕਿਸੇ ਹੋਰ ਨਾਲ ਗੱਲਬਾਤ ਕਰਨਾ ਤਾਂ ਭੁੱਲੀ ਜਾਣਗੇ ਉਹ ਜੇ ਉਹਨਾਂ ਨੂੰ ਸਕੂਲ ਵਾਪਸ ਨਾ ਕੱਲਿਆ ਸੋ ਬਹੁਤ ਵਧੀਆ ਨਿਊਜ਼ ਹੈਗੀ ਐ ਜਿਹੜੀ ਕਿ ਸਕੂਲ ਵਾਪਸ ਉਹਨਾਂ ਨੂੰ ਭੇਜਣ ਦੀ ਤੇ ਉਹਦੇ ਬਾਰੇ ਦੱਸੋ ਫਿਰ ਹੈ ਕੀ ਜੀ ਸੋ ਜਿਦਾ ਤੁਸੀਂ ਜਾਣਦੇ ਆ ਅਮਰਤ ਜੂਨ ਦੇ ਵਿੱਚ ਤਿੰਨ ਹਫ਼ਤੇ ਜਿਹੜੇ ਸਾਡੇ ਐਮਬੀਸੀ ਸਟੂਡੈਂਟਸ ਆ ਕੁਝ ਲਗਭਗ 2 ਲੱਖ ਜਿਹੜੇ ਵੋਲੰਟੇਰੀਲੀ ਸਕੂਲੇ ਵਾਪਸ ਗਏ ਸਕੇ ਪਾਇਲਟ ਪ੍ਰੋਗਰਾਮ ਜਿਹੜਾ ਪਾਇਲਟ ਪ੍ਰੋਗਰਾਮ ਸੀਗਾ ਦੇਖਣ ਨੂੰ ਵੀ ਜਿਹੜੇ ਆਪਣੇ ਬੱਬਲਸ ਆ ਸੋਸ਼ਲ ਡਿਸਟੈਂਸਿੰਗ ਜਿਹੜੇ ਹਾਈਜੈਨਿਕ ਚੀਜ਼ਾਂ ਲੈ ਕੇ ਵੀ ਆਪਾਂ ਯੂ ਨੋ ਕਿਵੇਂ ਕੰਟਰੋਲ ਕਰਨੀਆਂ ਕੱਲ ਮਿਨਿਸਟਰ ਆਫ ਐਜੂਕੇਸ਼ਨ ਰੌਬ ਫਲੇਮਿੰਗ ਨੇ ਐਂਡ ਤੇ ਉਹਨਾਂ ਨੇ ਇੱਕ ਐਡਵਾਈਸ ਲਾ ਕੇ ਪ੍ਰੋਵਿੰਸ਼ਲ ਹੈਲਥ ਆਫੀਸਰਜ਼ ਨਾਲ ਉਹਨਾਂ ਨੇ ਕੱਲ ਇਹ ਐਲਾਨ ਕੀਤਾ ਹੈ ਕਿ ਸਪਟੈਂਬਰ 8 ਨੂੰ ਜਿਹੜਾ ਬੀਸੀਸ ਐਜੂਕੇਸ਼ਨ ਰੀਸਟਾਰਟ ਪ੍ਰੋਗਰਾਮ ਆ ਫਿਰ ਤੋਂ ਦੁਬਾਰਾ ਚਾਲੂ ਹੋਗਾ ਸਟੇਜ 2 ਨੂੰ ਕਿਹਾ ਜਾ ਰਿਹਾ ਸੋ ਬੇਸਿਕਲੀ ਸਟੂਡੈਂਟਸ ਆ ਗੋਇੰ ਬੈਕ ਟੂ ਸਕੂਲ ਫੁੱਲ ਟਾਈਮ ਇਨ ਸੈਪਟੈਂਬਰ ਐਂਡ ਥੋੜੇ ਜਿਹੇ ਜਿਹੜੇ ਬਦਲਾਅ ਹੋਆ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਦੇ ਹਾਂ ਵੀ ਕਿੱਦਾਂ ਕਿੱਦਾਂ ਜਾਣ ਕੇ ਕਿਉਂਕਿ ਮੈਨੂੰ ਪਤਾ ਵੀ ਪੇਰੈਂਟਸ ਵੀ ਕਾਫੀ ਯੂ نو ਇਹ ਜਿਹੜੇ ਬੈਕ ਟੂ ਸਕੂਲ ਦੀ ਟ੍ਰਾਂਜੀਸ਼ਨ ਹੈ ਉਹਨੂੰ ਲੈ ਕੇ ਥੋੜੇ ਜਿਹੇ ਐਂਗਸ਼ੀਅਸ ਆ ਐਂਗਜ਼ਾਇਟੀ ਆਪਣੇ ਸਾਰਿਆਂ ਦੇ ਵਿੱਚ ਵੀ ਇਜ਼ ਇਟ ਗੋਇੰਗ ਟੂ ਬੀ ਸੇਫ ਫਾਰ ਥੈਮ ਟੂ ਗੋ ਬੈਕ ਸੋ ਬੇਸਿਕਲੀ ਜਿਹੜੇ ਇਹ ਸਟੂਡੈਂਟਸ ਆ ਇਹਨਾਂ ਦੇ ਲਰਨਿੰਗ ਗਰੁੱਪਸ ਆਰਗੇਨਾਈਜ਼ ਕੀਤੇ ਜਾਣੇ ਆ ਬੇਸਿਕਲੀ ਜਿਹੜੇ ਬੱਬਲਸ ਹੋਣੇ ਆ ਪਰ ਥੋੜੇ ਜਿਹੇ ਵੱਡੇ ਹੋਣੇ ਜਿਹੜੇ ਆਮ ਬੱਬਲਸ ਨਾਲੋਂ ਜਿਹੜੇ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਦੇ ਆ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 7 ਤੱਕ ਉਹ ਜਿਹੜੇ ਬੱਬਲਸ ਆ ਬਾਊਟ 120 ਸੋਰੀ uh, 60 ਸਟੂਡੈਂਟਸ 60 ਸਟੂਡੈਂਟਸ ਤੇ ਹੋਣਗੇ ਤੇ ਉਹਦੇ ਵਿੱਚ ਟੀਚਰਸ ਵੀ ਸ਼ਾਮਲ ਹੋਣਗੇ ਤੇ ਇਹ ਨਹੀਂ ਕਿ ਜਿਹੜੇ ਉਹ 60 ਜਿਹੜੇ ਸਟੂਡੈਂਟ ਆ ਇੱਕ ਕਲਾਸ ਤੇ ਹੋਣਗੇ ਹੋ ਸਕਦਾ ਉਹ ਵੱਖਰੇ ਵੱਖਰੇ ਕਲਾਸਸ ਹੋਣਗੇ ਪਰ ਉਹੀ ਜਿਹੜੇ ਬੱਬਲਸ ਆ एवरीडे ਉਹੀ ਰਹਿਣਗੇ ਜਦੋਂ ਇਹ ਜਾਣਗੇ ਜਿਹੜੇ ਆਪਣੇ ਐਲੀਮੈਂਟ ਦੂਜੇ ਸੈਕੰਡਰੀ ਸਕੂਲ ਵਾਲੇ ਆ ਗ੍ਰੇਡ 8 ਤੋਂ 12 ਤੋ ਲੈ ਕੇ ਉਹਨਾਂ ਦੇ ਜਿਹੜੇ ਬੱਬਲਸ ਆ ਥੋੜੇ ਜਿਹਾ ਵੱਡੇ ਹੋਣਗੇ 120 ਜਾਣਿਆਂ ਤੇ ਹੋਣਗੇ ਬਿਲਕੁਲ ਉਹ ਤਾਂ ਡਬਲ ਕਰਤਾ ਇਹਨਾਂ ਨੇ ਕਿਉਂਕਿ ਜਿਹੜੇ ਛੋਟੇ ਬੱਚੇ ਆ ਪੰਜਾਂ ਦੇ ਵੀ ਫਿਜ਼ੀਕਲੀ ਡਿਸਟੈਂਸਿੰਗ ਪੇਸ਼ ਕਰ ਸਕਦੇ ਤਾਂ ਕਰਕੇ ਉਹ ਥੋੜੀ ਜੀ ਉਹਨਾਂ ਨੂੰ ਛੋਟੀ ਸਰਕਲ ਰੱਖੀ ਪਈ ਬਟ 60 ਵੀ ਬਹੁਤ ਜ਼ਿਆਦਾ ਹੈ ਪਹਿਲਾਂ ਗੱਲ ਇਹ ਸੋਚਣ ਵਾਲੀ ਹੈ ਵੀ ਜਦੋਂ ਤਾਂ ਅਸੀਂ ਗੱਲ ਕਰਦੇ ਆਂ ਘਰ ਦੇ ਵਿੱਚ ਗੱਲ ਕਰਦੇ ਆਂ ਆਪਦਾ ਬੱਬਲ ਜਿਹੜਾ ਫੈਮਲੀ ਦਾ 6 ਬੰਦਿਆਂ ਦਾ ਰੱਖੋ ਜੀ ਬਿਲਕੁਲ ਜੇ ਅਸੀਂ ਰੈਸਟੋਰੈਂਟ ਦੇ ਵਿੱਚ ਜਾਂਦੇ ਆਂ ਤਾਂ ਇੱਕ ਵਾਰੀ ਕੋਈ ਮੇਅਰ ਜਿਹੜਾ ਸੱਤ ਬੰਦੇ ਸੀ ਤਾਂ ਉਹਦੀਆਂ ਵੱਡੀਆਂ-ਵੱਡੀਆਂ ਅਸੀਂ ਖਬਰਾਂ ਛਾਪਤੀਆਂ ਵੀ ਮੇਅਰ ਜਿਹੜਾ ਸੀ ਉਹ ਸੱਤ ਬੰਦਿਆਂ ਨਾਲ ਬੈਠਾ ਹੋਇਆ ਸੀ ਹੁਣ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ 60 ਤੇ 120 ਹੁਣ ਇਹ 120 ਜਿਹੜੇ ਨੇ ਚਲੋ 60 ਵਾਲਾ ਲਾਉਨੇ ਆ ਸਭ ਤੋਂ ਪਹਿਲਾਂ ਇੱਕ ਘਰ ਦੇ ਵਿੱਚ ਹੋ ਸਕਦਾ ਵੀ ਦੋ ਜਾਂ ਤਿੰਨ ਬੱਚੇ ਹੋਣ ਠੀਕ ਹੈ ਇੱਕ ਬੱਚਾ ਜਿਹੜਾ ਹੈਗਾ ਉਹ 60 ਵਾਲੇ ਬਬਲ 'ਚ ਹੈ ਦੂਜਾ ਬੱਚਾ ਦੂਜੇ 60 ਵਾਲੇ ਬਬਲ 'ਚ ਹੈ ਜਦੋਂ ਉਹ ਘਰੇ ਵਾਪਸ ਜਾਣੇ ਆ ਤਾਂ ਉਹਨਾਂ ਦਾ ਬਬਲ ਤਾਂ 120 ਦਾ ਫੇਰ ਹੋ ਗਿਆ ਔਰ ਉਸ ਤੋਂ ਬਾਅਦ ਉਹੀ ਬੱਚੇ ਨੇ ਜਿਨ੍ਹਾਂ ਨੇ ਆਪਣੇ ਜਾ ਕੇ ਦਾਦਾ ਦਾਦੀ ਨੂੰ ਜਾਂ ਮਾਪਿਆਂ ਨੂੰ ਜਾ ਕੇ ਮਿਲਣਾ ਉਹ ਤੁਸੀਂ ਕਿਵੇਂ ਕਹਿ ਸਕਦੇ ਹੋ ਇਹਨਾਂ ਸਰਕਾਰਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਜਿੰਨੇ ਕ ਪੇਰੈਂਟਸ ਹੁਣ ਇਹ ਸਾਰੀਆਂ ਗੱਲਾਂ ਸੁਣ ਰਹੇ ਨੇ ਸੋਚ ਰਹੇ ਨੇ ਉਹ ਜ਼ਿਆਦਾ ਹੁਣ ਇਸ ਟਾਈਮ ਕਨਫਿਊਜ਼ ਨੇ ਵੀ ਬੱਚੇ ਭੇਜੀਏ ਕੇ ਨਾ ਭੇਜੀਏ ਬਹੁਤ ਸਾਰੇ ਪੇਰੈਂਟਸ ਇਥੋਂ ਤੱਕ ਗੱਲ ਕਰਦੇ ਆ ਉਹ ਕਹਿੰਦੇ 1 ਸਾਲ ਸਾਡਾ ਬੱਚਾ ਨਾ ਵੀ ਜਾਊਗਾ ਫਿਰ ਕਿਹੜੀ ਵੱਡੀ ਗੱਲ ਹੈਗੀ ਪਰ ਸਰਕਾਰ ਇੱਕ ਸਾਲ ਹੀ ਗ੍ਰੈਜੂਏਟ ਦਾ ਲੇਟ ਹੋ ਜੋ ਸਰਕਾਰਾ ਕਹਿ ਰਹੀਆਂ ਵੀ ਅਸੀਂ 45 ਮਿਲੀਅਨ ਡਾਲਰ ਲਾਇਆ ਆ ਵੀ ਜਿਹੜੀ ਸੇਫਟੀ ਮੈਜਰਸ ਆ ਇਹਨਾਂ ਦੇ ਪ੍ਰਕਾਸ਼ਨਸ ਲਾਣ ਨੂੰ ਅਸੀਂ ਸ਼ੀਲਡਸ ਵੀ ਲਾਇਆ ਅਸੀਂ ਵਾਸ਼ ਸਟੇਸ਼ਨਸ ਵੀ ਰੱਖੇ ਅਸੀਂ ਸੈਨੀਟਾਈਜ਼ਰਸ ਵੀ ਰੱਖੇ ਆ ਸੋ ਜਿਹੜਾ 45 ਮਿਲੀਅਨ ਆ ਉਹਨਾਂ ਨੇ ਕੋਈ ਸੋਚ ਸਮਝ ਕੇ ਕਿ ਲਾਇਆ ਹੋਗਾ ਸੋ ਕਿ ਬਿਲਕੁਲ ਸਹੀ ਹੈ ਸੋਚ ਸਮਝ ਕੇ ਲਗਾਇਆ ਹੋਏਗਾ ਲੇਕਿਨ ਇੱਥੇ ਗੱਲ ਹੋ ਰਹੀ ਹੈ ਬੱਚਿਆਂ ਦੀ ਸਭ ਤੋਂ ਪਹਿਲਾਂ ਸਰਕਾਰਾਂ 1 ਬਾਈ 1 ਦੱਸਣਾ ਸ਼ੁਰੂ ਕਰਨ ਵੀ ਅਸੀਂ ਆਏ ਤੁਹਾਡੇ ਬੱਚੇ ਬਚਾਵਾਂਗੇ ਜਦੋਂ ਐਸ ਸੂਨ ਐਸ ਬੱਚਾ ਐਂਟਰ ਕਰੇਗਾ 6 ਫੁੱਟ ਉਹਨੂੰ ਕਿਵੇਂ ਸਮਝਾਓਗੇ ਤੁਹਾਨੂੰ ਕਿਤੇ ਤੁਸੀਂ ਆਈਡੀਆ ਲਗਾ ਸਕਦੇ ਹੋ ਵੀ 6 ਫੁੱਟ ਕਿੰਨਾ ਕੁ ਦੂਰ ਹੈ ਖਾਸ ਕਰਕੇ ਜਿਹੜੇ ਐਲੀਮੈਂਟਰੀ ਸਕੂਲ ਦੇ ਵਿੱਚ ਐਲੀਮੈਂਟਰੀ ਸਕੂਲ ਦੇ ਠੀਕ ਹੈ ਜਿਹੜੇ ਪਹਿਲੇ ਬੱਚੇ ਜਿਵੇਂ ਕਿ ਜਾਪਾਨ ਦੇ ਵਿੱਚ ਜਿਵੇਂ ਚਾਈਨਾ ਦੇ ਵਿੱਚ ਕੰਟਰੋਲ ਕਰਨ ਵੇਲੇ ਉਹਨਾਂ ਨੇ ਹੈਟਸ ਪੁਆਈਆਂ ਸੀ ਉਹ ਇੱਕ ਇੱਕ ਮੀਟਰ ਦੀ ਜਿਹੜੇ ਉਹਦਾ ਰੇਡੀਅਸ ਸੀਗਾ ਉਹ ਬੱਚੇ ਟਕਰੌਂਦੇ ਸੀ ਇੰਨੀਆਂ ਮੋਟੀਆਂ ਸੀ ਉਹ ਬੱਚੇ ਦੀ ਆਲਮੋਸਟ ਇੰਨੀ ਕੀ ਹਾਈਟ ਦਾ ਡਿਫਰੈਂਸ ਹੁੰਦਾ ਜੇ ਉਹ ਟਕਰੌਂਦੀਆਂ ਸੀ ਉਹਨਾਂ ਨੂੰ ਪਤਾ ਵੀ ਅਸੀਂ ਇੰਨੀ ਦੂਰ ਆ ਲੇਕਿਨ ਹੁਣ ਜਦੋਂ ਬੱਚੇ ਤੁਸੀਂ ਸਾਰੇ ਕਲਾਸ ਚ ਬਿਠਾਏ ਜਾਏ ਇੱਕ ਭੱਜ ਕੇ ਦੂਜੇ ਵੱਲ ਗਿਆ ਕਿਵੇਂ ਕਿੰਨਾ ਕੁ ਕੰਟਰੋਲ ਕਰੋਗੇ ਟੀਚਰ ਇੱਕ ਹੈ ਬੱਚੇ ਘਟੋਟੋ 10 12 ਹੋਣਗੇ ਕਲਾਸ ਦੇ ਵਿੱਚ ਇਟਸ ਹਾਰਡ ਪੇਰੈਂਟਸ ਨੂੰ ਦੁਬਾਰਾ ਜਿਹੜਾ ਹੈਗਾ ਉਹ ਸੋਚਣਾ ਪਾਏਗਾ ਦੂਸਰੀ ਗੱਲ ਸਰਕਾਰਾਂ ਨੂੰ ਦੁਬਾਰਾ ਸੋਚਣਾ ਪਾਏਗਾ ਹਲੇ ਤੱਕ ਕਲੈਰਿਟੀ ਬਹੁਤ ਜ਼ਿਆਦਾ ਨਹੀਂ ਹੈਗੀ ਲੋਕ ਹਲੇ ਵੀ ਕਨਫਿਊਜ਼ ਹੈ ਜੀ ਐਕਚੁਅਲੀ ਯੂ نو ਯੂ ਮੇਡ ਅ ਗੁੱਡ ਪੁਆਇੰਟ ਕਿ ਜਿਹੜੀ ਬੀਸੀ ਟੀਚਰਸ ਫੈਡਰੇਸ਼ਨ ਹੈ ਜਿਹੜੀ ਉਹ ਯੂਨੀਅਨ ਹੈ ਉਹ ਵੀ ਕਹਿ ਰਹੀ ਹੈ ਵੀ ਸਾਡੀ ਟੀਚਰਸ ਜਿਹੜੇ ਆ ਇਹੇ ਮੰਗ ਕਰਦੇ ਆ ਕਿ ਜਿਹੜੇ ਕਲਾਸ ਸਾਈਜ਼ ਇਹ ਥੋੜਾ ਜਿਹਾ ਛੋਟਾ ਹੋਣਾ ਚਾਹੀਦਾ ਜ਼ਿਆਦਾ ਛੋਟਾ ਕਰ ਸੋ ਯੂ نو 60 ਪੀਪਲ ਐਂਡ 120 ਇਨ ਜਿਹੜੇ ਸਕੈੰਡਰੀ ਸਕੂਲ ਅਸਿਆ ਤੇ ਇਹਨਾਂ ਦੇ ਆਪਸ ਵਿੱਚ ਇੰਟਰੈਕਟ ਵੀ ਕਰਨਾ ਜਦੋਂ ਇਹਨਾਂ ਦਾ ਰੀਸੈਸ ਹੋਇਆ ਜਦੋਂ ਲੰਚ ਹੋਈ ਜਿਮ ਟਾਈਮਸ ਕੋਈ ਵੀ ਕਾਮਨ ਕਲਾਸਿਸ ਹੈ ਲਾਈਬਰੀਜ਼ ਦੇ ਵਿੱਚ ਜਾਣਾ ਡੈਫੀਨਿਟਲੀ ਇਹਨਾਂ ਦੀ ਇੱਕ ਦੂਜੇ ਨਾਲ ਇੰਟਰੈਕਸ਼ਨ ਹੋਣੀ ਆ ਇੱਥੇ ਤੇ ਜਦੋਂ ਜੂਨ ਦੇ ਵਿੱਚ 2 ਲੱਖ ਤੋਂ ਉੱਤੇ ਥੋੜੇ ਜਿਹੜੇ ਸਟੂਡੈਂਟਸ ਵਾਪਸ ਸਕੂਲ ਗਏ ਸੀ ਉਦੋਂ ਦੋ ਕੇਸ ਕਰੋਨਾ ਦੇ ਆਏ ਵੀ ਸੀਗੇ ਪੀਸੀ ਦੇ ਵਿੱਚ ਜਿਹੜੇ ਟੀਚਰਸ ਦੇ ਸੀਗੇ ਪਰ ਆਬਵੀਸਲੀ ਉਹ ਵੀ ਕਵਰ ਤਾਂ ਹੋ ਗਏ ਸੀਗੇ ਸੋ ਈਵਨਿੰਗਾਂ ਵੀ ਉਦੋਂ ਉਸ ਟਾਈਮ ਦੇ ਵਿੱਚ ਕਰੋਨਾ ਨੇ ਹੋਇਆ ਉਦੋਂ ਦੋ ਟੀਚਰਸ ਨੇ ਉਹ ਬਟ ਜੇ ਸਰਕਾਰਾਂ ਦੀ ਗੱਲ ਕਰੀ ਉਹ ਦੋਨੋਂ ਹੋਇਆ ਦੋਨੋਂ ਕਿਤੇ ਹੋਰ ਵੀ ਹੋ ਸਕਦਾ ਦੂਸਰੀ ਗੱਲ ਸਰਕਾਰਾਂ ਦੀ ਇਹ ਵੀ ਠੀਕ ਹੈ ਵੀ ਜੇ 6-6 ਬੱਚੇ ਅਸੀਂ ਇੱਕ-ਇੱਕ ਕਲਾਸਰੂਮ ਚ ਪੜਾਉਣ ਲੱਗੇ ਤੇ ਅਸੀਂ ਉਹਦੇ ਖਰਚੇ ਕਿਵੇਂ ਚੱਕਣੀ ਐ ਇੰਨੇ ਜ਼ਿਆਦਾ ਟੀਚਰ ਸਾਨੂੰ ਹਾਇਰ ਕਰਨੇ ਪੈਣੇ ਆ ਇੰਨੇ ਜ਼ਿਆਦਾ ਕਲਾਸਰੂਮਸ ਚਾਹੀਦੀਆਂ ਔਰ ਸਰੀ ਦੇ ਵਿੱਚ ਤਾਂ ਵੈਸੀ ਪੋਰਟੇਬਲਸ ਬਹੁਤ ਜ਼ਿਆਦਾ ਹੋਏਵੀਆਂ ਉਹ ਹੋਰ ਪੋਰਟੇਬਲਸ ਕਿੱਥੋਂ ਲਿਆਣੇ ਦੋਨੋਂ ਪਾਸੇ ਗੱਲਾਂ ਨੇ ਲੇਕਿਨ ਹਲੇ ਟਾਈਮ ਲੱਗੇਗਾ ਹਲੇ ਇਹ ਗੱਲ ਨੂੰ ਦੇਖੋ ਨਾ ਤਾਂ ਇਹ ਇੰਨੀ ਕੁ ਨਵੀਂ ਸਿਚੁਏਸ਼ਨ ਐ ਨਾ ਤਾਂ ਸਰਕਾਰਾਂ ਗਲਤ ਨੇ ਤੇ ਨਾ ਹੀ ਅੱਜ ਜਿਹੜੇ ਨੇ ਉਹ ਪੇਰੈਂਟਸ ਜਿਹੜੇ ਨੇ ਉਹ ਵੀ ਡਿਲੇਮਾ ਚ ਨੇ ਵੀ ਸਾਡੇ ਬੱਚੇ ਮਸਾਂ ਪਾਲੀਦੇ ਨੇ ਮਸਾਂ ਐਡੇ ਵੱਡੇ ਕਰੀਦੇ ਨੇ ਕੱਲ ਨੂੰ ਬਾਹਰ ਜਾਣਗੇ ਜੇ ਸਿੱਖ ਹੋ ਗਏ ਤਾਂ ਬਣੂਗੀ ਸਾਰਾ ਕੁਝ ਇਹਨਾਂ ਤੇ ਕਹਿੰਦੇ ਕਹਿੰਦੇ ਵੀ ਜਿਹੜੇ ਬੱਚਾ 10 ਸਾਲਾਂ ਤੋਂ ਥੱਲੇ ਆ ਉਹਨਾਂ ਕੋਰੋਨਾ ਹੋਣ ਦੇ ਕੇਸਸ ਬਹੁਤ ਘਟਿਆ ਪਰ ਫਿਰ ਵੀ ਡਰਤਾ ਹੁੰਦਾ ਆ ਖਾਸ ਕਰਕੇ ਜਿਹਨੇ ਦੇ ਸਕੈਂਡਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਐਂਡ ਹੁਣ ਆਪਾਂ ਜਾਣਦੇ ਵੀ ਹੈਗੇ ਆ ਕਿ ਜਿਹੜੇ ਆਨਲਾਈਨ ਕਲਾਸਸ ਆ ਜਿਹੜੀ ਪੋਰਟਲਸ ਇਹ ਕਰਦੇ ਆ ਕਿ ਜਿਹੜੇ ਟੀਚਰਸ ਆ ਇਕਵਿਪਟ ਨਹੀਂਗੇ ਆਨਲਾਈਨ ਕਲਾਸਸ ਲਈ ਉਹਨਾਂ ਕੋਲ ਉਹ ਰਿਸੋਰਸਸ ਹਨ ਨਹੀਂ ਗੀਆਂ ਤੇ ਇਹ ਨਹੀਂ ਪਤਾ ਵੀ ਉਹ ਜਿਹੜੇ ਉਹਨਾਂ ਦੀ ਜਿਹੜੀ ਕਰਿਕਲਮ ਆ ਉਹ ਨਿਆ ਜਮਜਬ ਹੋਣਗੇ ਜਨਾ ਸੋਖੀ ਇੱਕ ਬਾਤ ਵੱਡੀ ਸਟੱਡੀ ਹੋਈ ਹੈ ਇਦੇ ਵਿੱਚ ਯੂਕੇ ਨੇ ਕੀਤੀ ਹੈ ਜਿੰਨੇ ਵੀ ਆਨਲਾਈਨ ਸਟੂਡੈਂਟਸ ਪੜ੍ਹ ਰਹੇ ਨੇ ਉਹਨਾਂ ਦੀਆਂ ਮਾਵਾਂ ਸਭ ਤੋਂ ਜ਼ਿਆਦਾ ਸਫਰ ਕਰ ਰਹੀਆਂ ਨੇ ਉਹਨਾਂ ਦੀਆਂ ਮਾਵਾਂ ਦੇ ਵਿੱਚੋਂ ਬਹੁਤ ਸਾਰੀਆਂ ਮਾਵਾਂ ਦੀਆਂ ਜੌਬਸ ਤੋਂ ਉਹਨਾਂ ਨੂੰ ਲੈਟਰਸ ਆ ਗਏ ਕਿਉਂਕਿ ਉਹਨਾਂ ਦਾ ਜ਼ਿਆਦਾ ਧਿਆਨ ਬੱਚਿਆਂ ਨੂੰ ਪੜਾਉਣ ਤੇ ਜ਼ਿਆਦਾ ਹੁੰਦਾ ਤੇ ਆਪਣੇ ਕੰਮ ਤੇ ਘੱਟ ਹੁੰਦਾ ਸੋ ਇਸ ਕਰਕੇ ਬਹੁਤ ਡਿਫਰੈਂਟ ਵਰਲਡ ਹੈ ਜਿੱਤੇ ਡਿਫਰੈਂਟ ਸਿਚੁਏਸ਼ਨਸ ਨੇ ਹੌਲੀ ਹੌਲੀ ਹੈਂਡਲ ਕਰਨੀਆਂ ਆਉਣਗੀਆਂ ਸੀ ਆਮ ਸ਼ੁਰ ਅਮ ਥੋੜੇ ਜੇ ਅਗਲੇ ਦਿਨਾਂ ਦੇ ਵਿੱਚ ਵੀ ਥੋੜੀ ਜੀ ਹੋਰ ਅਪਡੇਟ ਹੋਣਗੀ ਵੀ ਹੋਰ ਕਿਹੜੇ ਪ੍ਰੋਟੋਕਾਲਸ ਇਹ ਕਰਨੇ ਆ ਜਾਂ ਕੋਈ ਚੇਂਜਸ ਹੋਣਗੇ ਆ ਉਹ ਕਹਿੰਦੇ ਵੀ ਸਾਣਾ ਫਲੈਕਸੀਬਲ ਰਹੇ ਹੋ ਸਕਦਾ ਵੀ ਦੱਸਾਂ ਵੀ ਕੱਚਾ ਸੀ ਫੇਰ ਇਹ ਪਲਾਨ ਚੇਂਜ ਕਰੀਏ ਵੀ ਅਗੇਨ ਯੂ نو ਇਟਸ ਪਾਰਟ ਆਫ ਦ ਸੇਮ ਪਾਇਲਟ ਪ੍ਰੋਗਰਾਮ ਜਿਹੜਾ ਜੂਨ ਦੇ ਵਿੱਚ ਸੀਗਾ ਬਟ ਲੈਟਸ ਸੀ ਸਪਟੰਬਰ ਇਟ ਵੀ ਹੋਣ ਵਾਲਾ ਪੰਜ ਹਫਤੇ ਸਿਰਫ ਬਾਕੀ ਵਿੱਚ ਰਹਿ ਗਿਆ ਥੈਟਸ ਟਰੂ ਆ ਅਮ੍ਰਿਤਾ ਆਪਾਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦੋ ਹਾਦਸੇ ਹੋਏ ਸੀਗੇ ਵੀਕਐਂਡ ਦੇ ਉੱਤੇ ਇੱਕ ਲੇਕ ਲੂਈਸ ਅਲਬਰਟਾ ਦੇ ਵਿੱਚ ਤੇ ਇੱਕ ਕਾਰਟਿਸ ਲੇਕ ਇਥੇ ਬੀਸੀ ਦੇ ਵਿੱਚ ਦੋ ਸਾਡੇ ਨੌਜਵਾਨ ਜਿਹੜੇ ਲੜਕੇ ਆ ਅਨਫੋਰਚਨਟਲੀ ਡਰਾਉਨਿੰਗ ਤੇ ਨਾਲ ਉਹਨਾਂ ਦੀ ਜੜੀ ਮੌਤ ਹੋ ਗਈ ਤੇ ਇੱਕ ਹੋਰ ਖਬਰ ਆਈ ਹੈ ਵਿਸ ਸੁਖੀ ਪਤਾ ਨਹੀਂ ਅੱਜਕੱਲ ਹੋ ਕੀ ਰਿਹਾ ਵੈਸੇ ਡਰਾਉਨਿੰਗਸ ਇਹ ਡੁੱਬ ਕੇ ਮਰਨ ਵਾਲੀਆਂ ਖਬਰਾਂ ਕਾਫੀ ਜ਼ਿਆਦਾ ਹੋ ਗਈਆਂ ਨੇ ਜਾਂ ਤਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਵੀ ਇੱਥੇ ਜਾ ਕੇ ਕਿਵੇਂ ਉਹਨਾਂ ਨੂੰ ਆਏ ਲੱਗਦਾ ਵੀ ਇੰਡੀਆ ਵਾਲੀਆਂ ਸ਼ਾਂਤ ਨਦੀਆਂ ਨੇ ਜਿਹੜੀਆਂ ਜਿਵੇਂ ਬਹੁਤ ਸਾਰੇ ਮੁੰਡੇ ਨਾ ਅਕਸਰ ਇਹ ਗੱਲਾਂ ਕਰਦੇ ਆ ਉਹ ਅਸੀਂ ਪਾਖੜਾ ਚ ਨਾਉਂਦੇ ਸੀ ਅਸੀਂ ਮਾਰਦੇ ਸੀ ਛਾਲਾ ਮੁੜ ਕੇ ਇੱਕ ਪਾਸੇ ਵੱੜਨਾ ਦੂਜੇ ਪਾਸੇ ਆਂਬ ਠੰਡੇ ਕਰਕੇ ਉਧਰੋਂ ਬਾਹਰ ਕੱਢ ਲੈਣੇ ਇਹ ਉਹ ਪਾਖੜਾ ਨਹੀਂ ਹੈ ਰਾਈਟ ਇਹ ਡਿਫਰੈਂਟ ਚੀਜ਼ਾਂ ਨੇ ਜਦੋਂ ਅਸੀਂ ਇੱਥੇ ਆਉਣੇ ਆ ਜਾਂ ਇੱਥੇ ਰਹਿਣੇ ਆ ਉਸ ਟਾਈਮ ਸਭ ਤੋਂ ਪਹਿਲਾਂ ਤਾਂ ਆਪਣੀਆਂ ਜਿਹੜੀਆਂ সুইਮਿੰਗ ਸਕਿੱਲਸ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਬਿਨਾ ਸੋਚੇ ਸਮਝੇ ਅਸੀਂ ਵਿੱਚ ਛਾਲ ਮਾਰਦੇ ਆ ਫਿਰ ਅੰਦਰ ਜਾ ਕੇ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਵੀ ਹੁੰਦਾ ਕੀ ਹੈ ਬਲ ਮੰਨਪ੍ਰੀਤ ਜਿਹੜਾ ਕਲਟਸ ਲੇਕ ਦੇ ਵਿੱਚ ਉਹ ਡੁੱਬ ਗਿਆ ਸੀ ਉਸ ਤੋਂ ਬਾਅਦ ਗਗਨਦੀਪ ਜਿਹੜਾ ਕੈਲਗਰੀ ਦੀ ਲੇਕ ਲੋਇਸ ਦੇ ਵਿੱਚ ਹੁਣ ਜਿਹੜਾ ਇੱਕ 20 ਸਾਲਾ ਨੌਜਵਾਨ ਮੁੰਡਾ ਉਹ ਵੈਨਕੂਵਰ ਦਾ ਰਹਿਣ ਵਾਲਾ ਤੇ ਉਹ ਆਲਟਾ ਲੇਕ ਜਿਹੜੀ ਆ ਉਹ ਵਿਸਲਰ ਦੇ ਵਿੱਚ ਉਹਦੇ ਵਿੱਚ ਡੁੱਬਿਆ ਹੋਇਆ ਮਿਲਿਆ ਉਹ ਕਹਿੰਦੇ ਬਹੁਤ ਸਾਰੇ ਲੋਕ ਸੀ ਉਥੇ ਲੇਕ ਰੇਨਬੋ ਬੀਚ ਐ ਸ਼ਾਮ ਨੂੰ 4:00 ਵਜੇ ਟਿਊਜ਼ਡੇ ਨੂੰ ਪੁਲਿਸ ਡਿਪਾਰਟਮੈਂਟ ਨੂੰ ਕਾਲ ਗਈ ਵੀ ਇੱਕ ਮੁੰਡਾ ਜਿਹੜਾ ਉਹਨੇ ਛਾਲ ਮਾਰੀ ਸੀ ਉਹ ਤੈਰ ਰਿਹਾ ਸੀ ਲੇਕਿਨ ਇੱਕੋ ਦਮ ਫਿਰ ਉਹ ਤੈਰਨਾ ਬੰਦ ਕਰ ਗਿਆ ਥੋੜੀ ਦੇਰ ਉਹਦੀ ਬਾਡੀ ਨੀਚੇ ਗਈ ਫਿਰ ਉਸ ਤੋਂ ਬਾਅਦ ਉੱਪਰ ਨਜ਼ਰ ਆਉਣ ਲੱਗੀ ਪੁਲਿਸ ਨੂੰ ਕਾਲ ਗਈ ਵੀ ਲੱਗਦਾ ਵੀ ਇੱਥੇ ਕੋਈ ਖਰਾਬ ਹੈ ਕੰਮ ਖਰਾਬ ਹੈ ਪੁਲਿਸ ਰਾਈਟ ਅਵੇ ਪਹੁੰਚੀ ਉਹਨਾਂ ਨੇ ਆ ਕੇ ਉਸ ਮੁੰਡੇ ਨੂੰ ਬਾਹਰ ਕੱਢਿਆ ਉੱਥੇ ਕਾਫੀ ਵੱਡੀ ਤਾਦਾਦ ਦੇ ਵਿੱਚ ਸੁਖੀ ਭੀੜ ਜਮਾ ਸੀਗੀ ਜਦੋਂ ਉਹ ਮੁੰਡੇ ਨੂੰ ਬਾਹਰ ਕੱਢਿਆ ਗਿਆ ਬਲ ਉਹਨੂੰ ਹਸਪੀਟਲ ਟਰਾਂਸਫਰ ਕੀਤਾ ਗਿਆ ਲੇਕਿਨ ਕੱਲ ਪੁਲਿਸ ਨੇ ਇਹ ਅਨਾਉਂਸਮੈਂਟ ਕਰ ਸਕੀ ਕੀਤੀ ਹੈ ਕਿ ਅਸੀਂ ਜਿਹੜਾ ਮੁੰਡਾ ਸੀ ਉਹਨੂੰ ਬਚਾ ਨਹੀਂ ਸਕੇ ਹਾ ਦੈਟਸੋ ਸੈਡ ਨਾਲੇ ਖਾਸ ਕਰਕੇ ਵੀ ਉਹ ਟਾਈਮ ਦੇ ਨਾਲ ਪਹੁੰਚ ਤਾਂ ਸਕੇ ਸੀਗੀ ਤੇ ਉਹ ਏਬਲ ਟੂ ਪੁੱਲ ਅਪ ਬਟ ਤੇ ਰਵਿਣੀ ਉਹਦੇ ਜਾਨ ਬਚੀ ਦੈਟਸੋ ਸੈਡ ਇਹ ਤਾਂ सेक्शन ऑफ सेकंड्स कुछ मिनट्स ਇਹ ਜੀਆਂ ਗੱਲਾਂ ਹੁੰਦੀਆਂ ਪਾਣੀ ਹੈਗੀ ਅਜਿਹੀ ਚੀਜ਼ ਹੈ ਐਂਡ ਆਈ ਵਿਸ਼ਰ ਇਜ਼ ਮੋਰ ਐਜੂਕੇਸ਼ਨ ਅਰਾਊਂਡ ਇਟ ਹੋਰ ਲਾਈਫ ਜੈਕਟਸ ਵੀ ਹੁੰਦੀਆਂ ਪਰ ਜੋ ਤਾਂ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਤੇ ਇਹ ਕਿਵਰੀ ਨਹੀਂ ਪਤਾ ਲੱਗਦਾ ਵੀ ਟਾਈਡ ਕਿੰਨੀ ਫਾਸਟ ਕਰੰਟ ਕਿੰਨਾ ਆ ਰਿਹਾ ਆ ਵੈਸੇ ਤਾਂ ਨਾ ਆਪਣੇ ਮੁੰਡੇ ਜਦੋਂ ਆਂਦੇ ਨੇ ਉਹ ਇੱਕ ਨੂੰ ਦੂਸਰੇ ਨੂੰ ਉਹ ਯਾਰ ਚੱਲ ਤੂੰ ਤਨ ਤੈਨੂੰ ਸਖੌਣੇ ਆ ਅਸੀਂ ਤਰਨਾ ਸਖੌਣੇ ਨਾਲੇ ਉਹ ਵੀ ਫਿਰ ਉਹ ਆਪਣੀ ਦਲੇਰੀ ਦਿਖਾਉਣੀ ਹੈ ਇਹਦੇ ਵਿੱਚ ਬਹੁਤ ਫਸ ਜਾਂਦੇ ਆ ਤੇ ਯੂ نو ਇਟਸ ਅਨਫੋਰਚਨਟ ਟਰਨ ਆਫ ਇਟ ਬਲ ਇ ਇੱਕ ਕੇਸ ਤੇ ਵਿੱਚ ਤਾਂ ਸੈਲਫੀ ਨਹੀਂ ਸੀ ਲੈ ਰਿਆ ਵਿਚਾਰਾ ਬਟ ਯਾ ਅਗੇਨ ਆਪਾਂ ਤੇ ਵੀ ਆਪਣੇ ਦਰਸ਼ਕਾਂ ਨੂੰ ਰਿਮਾਈਂਡ ਕਰਦੀ ਆ ਲੌਂਗ ਵੀਕਐਂਡ ਆ ਰਹੀ ਆ ਮੇਕ ਸ਼ੂਰ ਯੂ ਸਟੇ ਸੇਫ ਇਫ ਯੂ ਆਨ ਦਾ ਵਾਟਰ ਸਟੇ ਕਲੋਸ ਟੂ ਦ ਸ਼ੋਰ ਕਾਸ ਕਰਕੇ ਜੇ ਤੁਸੀਂ ਪ੍ਰੋਫੈਸ਼ਨਲ ਨਹੀਂ ਕੇ ਸਵਿਮਿੰਗ ਦੇ ਵਿੱਚ ਬਿਲਕੁਲ ਸਹੀ ਹੈ ਥੋੜੀ ਜੇ ਹੁਣ ਮੇਰੇ ਖਿਆਲ ਜਿਹੜਾ ਆਪਾਂ ਨਿਊਜ਼ ਆ ਮੋੜ ਮੜਾਈ ਆ ਯੂ ਐਸ ਏ ਵੱਲ ਕਰ ਲਈਏ ਕਿਉਂਕਿ ਕਿਤੇ ਨਾ ਕਿਤੇ ਮੇਰੇ ਖਿਆਲ ਹੈ ਟਰੰਪ ਦਾ ਜ਼ਿਕਰ ਆਪਣੇ ਸ਼ੋਅ ਦੇ ਵਿੱਚ ਹੋਣਾ ਚਾਹੀਦਾ ਆ ਤੇ ਅੱਜ ਤਾਂ ਬਿਲਕੁਲ ਹੀ ਬਣਦਾ ਆ ਹਾਂ ਸੋ ਅਮਰ ਤੁਸੀਂ ਜਾਣਦੇ ਹੋ ਨਵੰਬਰ ਦੇ ਵਿੱਚ ਜਿਹੜੀਆਂ ਯੂ ਐਸ ਏ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਰਹੀਆਂ ਆ ਪਰ ਯੂ ਐਸ ਏ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਲਾਨ ਕੀਤਾ ਆ ਕਹਿ ਰਿਹਾ ਕਿ ਡਿਲੇ ਹੋਣੀ ਚਾਹੀਦੀ ਆ 2020 ਦੀ ਇਲੈਕਸ਼ਨਸ ਦੇ ਵਿੱਚ ਬਿਲਕੁਲ ਸਹੀ ਹੈ ਡੂ ਯੂ ਨੋ ਵਾਈ ਤਸੀਂ ਦੱਸੋ ਇੱਕ ਕਰਵ ਹੈ ਬਹੁਤ ਜਿਹੜੀ ਹੈ ਡਿਫਰੈਂਟ ਕਰਵ ਹੈ ਜੇ ਪਿਕਚਰ ਜਿਹੜੀ ਹੈ ਨਾ ਉਹਦੇ ਵਿੱਚ ਤੁਸੀਂ ਦੇਖੋ ਉਹਨਾਂ ਦੀ ਪਪੂਲੈਰਿਟੀ ਦੀ ਕਰਵ ਥੋੜੀ ਜਿਹੀ ਨੀਚੇ ਹੈ ਹਾਂਜੀ ਬਿਲਕੁਲ ਸੋ ਇਹ ਕਹਿ ਕਿ ਮੇਰੇ ਖਿਆਲ ਥੋੜਾ ਜਿਹਾ ਉਹਨਾਂ ਦੇ ਮਨ ਦੇ ਵਿੱਚ ਡਰ ਜਿਆ ਪੈਦਾ ਹੋ ਗਿਆ ਹਲਚਲ ਹੋ ਰਹੀ ਹੈ ਸੋ ਉਹਨਾਂ ਦਾ ਬਹਾਨਾ ਕੀ ਆ ਕਿ ਕਹਰੇ ਵੀ ਜਿਹੜੇ ਆਪਣੇ ਤੁਸੀਂ ਵੋਟਾਂ ਬੈਲਟ ਮੇਲ ਦੇ ਵਿੱਚ ਤੁਸੀਂ ਪਾ ਕੇ ਵੋਟ ਕਰ ਸਕਦੇ ਆ ਉਹਦੇ ਵਿੱਚ ਹੀਰਾ ਫੇਰੀ ਹੋ ਸਕਦੀ ਆ ਇਹਦੇ ਵਿੱਚ ਯੂ نو ਫਰਾਡ ਹੋ ਸਕਦਾ ਆ ਤੇ ਆਪਾਂ ਜਾਣਦੇ ਆ ਕਿ ਜਿਹੜੇ 6 ਯੂ ਐਸ ਸਟੇਟਸ ਆ ਉਨੇ ਨੇ ਤੇ ਐਲਾਨ ਕਰਤਾ ਵੀ ਅਸੀਂ ਪੋਸਟਲ ਜਿਹੜੀ VOTING ਆ ਅਸੀਂ ਇਹੀ ਚਾਹੁੰਦੇ ਆ ਪੈਂਡੇਮਿਕ ਦਾ ਕਰਕੇ ਸਾਡੇ ਕੋਲ ਪਬਲਿਕ ਹੈਲਥ ਕਨਸਰਨਸ ਹੈਗੇ ਆ ਇਟਸ ਸੇਫ ਫਾਰ ਪੀਪਲ ਟੂ ਬੀ ਓਨਲੀ ਡੂਇੰਗ ਥੈਟ ਸੋ ਉਹਨਾਂ ਦੇ ਵਿੱਚ ਜਿਹੜੇ ਉਹ 6 ਸਟੇਟਸ ਆ ਹੈਗੇ ਆ ਕੈਲੀਫੋਰਨੀਆ ਯੂਟਾ ਹਵਾਈ ਕੋਲੋਰੈਡੋ ਓਰੀਗਨ ਐਂਡ ਵਾਸ਼ਿੰਗਟਨ ਇਨ ਐਨੀ ਦਾ ਗੱਲ ਤਾਂ ਵੀ ਆਪਾਂ ਤਾਂ ਆਲ ਮੇਲ ਜਿਹੜੀ VOTING ਆ ਇਹ ਕਰਨੀ ਆ ਸੋ ਯਰ ਬੈਲਟਸ ਵੁਲਨਟ ਬੀ ਪਲੇਸਡ ਬਾਈ ਮੇਲ ਤੇ ਹੋਰ ਜਿਹੜੇ ਬਾਕੀ ਸਟੇਟਸ ਆ ਉਹ ਵੀ ਕਹਿ ਰਿਹਾ ਕਿ ਅਸੀਂ ਜਿਹੜੀ ਇਹ VOTING ਹੈ ਇਹ ਰਜਿਸਟਰ ਜਿਹੜਾ ਵੋਟਰ ਹੈ ਇਹ ਕੋਈ ਵੀ ਪੋਸਟ ਦੇ ਹਿਸਾਬ ਦੇ ਨਾਲ ਆਪਣੀ ਬੈਲੇਟ ਰਿਕੁਐਸਟ ਦੇ ਉੱਤੇ ਇਹ ਭੇਜ ਸਕਦੇ ਦੇ ਡੋਨਟ ਹਵ ਟੂ ਫਿਜ਼ਿਕਲੀ ਕਮ ਇਨ ਬਿਲਕੁਲ ਇਹਦੇ ਵਿੱਚ ਤਕਰੀਬਨ ਸਾਰੀਆਂ US ਦੀਆਂ ਅੱਧੀਆਂ ਸਟੇਟਸ ਜਿਹੜੀਆਂ ਨੇ ਉਹ ਮੰਨਦੀਆਂ ਨੇ ਵੀ ਜੇ ਤੁਸੀਂ ਚਾਹੋ ਤੁਸੀਂ ਮੇਲ ਚ ਪਾ ਸਕਦੇ ਹੋ ਬਿਲਕੁਲ 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 ਸੋ ਜਿਹੜਾ ਸਾਡਾ USA ਦਾ ਪ੍ਰੈਜ਼ੀਡੈਂਟ ਡੋਨਲਡ ਟਰਪਲ ਕਿੰਦੇ ਵੀ ਇਹ ਬੀਸਿਕਲੀ ਇਟ ਡਿਲੇ ਹੋ ਸਕਦਾ ਆ ਵੋਟਸ ਦੇ ਵਿੱਚ ਕਿ ਕਿ ਲੋਕਾਂ ਨੇ ਜਿਹੜੀ ਇਹ ਵੋਟਸ ਹੈ ਇਹ ਕੀ ਤਨੇ ਕਿਤੇ ਟੈਂਪਰ ਕਰ ਸਕਦੇ ਆ ਜਿਹਨੇ ਘਰੇ ਨਹੀਂ ਜਿਸ ਜਿਹਨੇ ਵੋਟ ਪਾਣੀ ਉਹ ਦੀ ਜਗਾ ਪਾ ਸਕਦੇ ਆ ਉਹਨੇ ਦੇ ਹਿਸਾਬ ਦੇ ਨਾਲ ਕਿ ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਬੈਠੇ ਲਿਵਿੰਗ ਰੂਮਸ ਦੇ ਵਿੱਚ ਫੇਕ ਵੋਟ ਸਪਾਈ ਜਾਂਦੇ ਆ ਤੇ ਇੱਕ ਉਹਨੇ ਨੇ ਟਵੀਟ ਵੀ ਕੀਤੀ ਅੱਜ ਕਹਿੰਦੇ ਵੀ ਯੂਨੀਵਰਸਲ ਮੇਲ ਇਨ ਵੋਟਿੰਗ ਊਡ ਮੇਕ ਨੋਵੇਮਬਰਸ ਵੋਟ ਦ ਮੋਸਟ ਇਨੈਕੂਰੇਟ ਬਿਲਕੁਲ ਫਰਾਜੂਲੈਂਟ ਇਲੈਕਸ਼ਨ ਇਨ ਹਿਸਟਰੀ ਐਂਡ ਅ ਗ੍ਰੇਟ 엠ਬੈਰਸਮੈਂਟ ਟੂ ਦ ਯੂ ਐਸ ਏ ਉਹਨਨੂੰ ਯੂ ਐਸ ਏ ਇਜ਼ ਅ 엠ਬੈਰਸਮੈਂਟ ਹਾਂ ਜਿਹੜੀ ਕਿ ਪੁਰਸਨਲ ਹੈ ਰਾਈਟ ਉਹ ਕਹਿੰਦੇ ਵੀ ਯੂ ਐਸ ਏ ਦੀ ਨਾਬੇਜ਼ੀ ਜੋ ਇਹਦੇ ਵਿੱਚ ਜੇ ਅਸੀਂ ਇਹ ਤਰੀਕਾ ਯੂਜ਼ ਕੀਤਾ ਤੁਹਾਨੂੰ ਕੀ ਲੱਗਦਾ ਹੈ ਸੋ ਕੀ ਪ੍ਰੋਬਲਮ ਪਤਾ ਕਿੱਥੇ ਆ ਅੱਜ ਜਿਹੜਾ ਇਹ ਪੈਂਡੇਮਿਕ ਨੂੰ ਹੈਂਡਲ ਕਰਨ ਦਾ ਜਿਹੜਾ ਸਾਡੇ ਜਿਹੜੇ ਸਰਪੰਚ ਸਾਹਿਬ ਦਾ ਤਰੀਕਾ ਸੀਗਾ ਉਹ ਕੁਝ ਡਿਫਰੈਂਟ ਸੀ ਉਹਦੇ ਨਾਲ ਜਿਹੜੀ ਉਹਨਾਂ ਦੀ ਪਪੂਲਾਰਿਟੀ ਬਹੁਤ ਜ਼ਿਆਦਾ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਜਦੋਂ ਪਹਿਲਾਂ ਪੋਲ ਹੋਏ ਨੇ ਉਹਨਾਂ ਦੀ ਪਪੂਲਾਰਿਟੀ 50% ਤੋਂ ਉੱਪਰ ਸੀਗੀ ਲੇਕਿਨ ਜੋ-ਜੋ ਇਹ ਪੈਂਡੇਮਿਕ ਦਾ ਇਹ ਨੰਬਰਸ ਵਧੇ ਜਾਂਦੇ ਨੇ ਉੱਥੇ ਮੌਤਾਂ ਵਧੀਆਂ ਜਾਂਦੀਆਂ ਨੇ ਤਿਉਹ ਤੋਂ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਪਪੂਲਾਰਿਟੀ ਡਾਊਨ ਹੈ ਜੀ ਉਹਨਾਂ ਦੇ ਬਰ ਖਿਲਾਫ ਜਿਹੜੇ ਦੂਸਰੇ ਵੱਡੇ ਅੱਧੇ ਧਾਰਨੇ ਕੇ ਜਿਹ ਜਿਨ੍ਹਾਂ ਨੇ ਕਿਹਾ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਮਿਸਟਰ ਜੋ ਬਾਈਡਨ ਲੜੂਗਾ ਉਹਨਾਂ ਦੀ ਪਪੂਲੈਰਿਟੀ ਐਨੀ ਨਹੀਂ ਸੀ ਲੇਕਿਨ ਇੱਕ ਗੱਲ ਪਤਾ ਹੈ ਕੀ ਹੁੰਦੀ ਹੈ ਵੀ ਇੱਕ ਲਕੀਰ ਵਾਈ ਹੋਈ ਹੈ ਲਕੀਰ ਵਾਈ ਹੈ ਜੇ ਉਹਨੂੰ ਵੱਡਾ ਕਰਨਾ ਹੈ ਉਹਦੇ ਕੋਲੇ ਛੋਟੀ ਲਕੀਰ ਵਾ ਦੇਉ ਤਾਂ ਦੂਜੀ ਆਪੇ ਵੱਡੀ ਹੋ ਜਾਂਦੀ ਹੈ ਬਿਲਕੁਲ ਜੀ ਇਹਨਾਂ ਦੀ ਜਿਹੜੀ ਪੈਂਡੈਮਿਕ ਨੂੰ ਹੈਂਡਲ ਕਰਨ ਦਾ ਤਰੀਕਾ ਹੈਗਾ ਜਾਂ ਫਿਰ ਇਹਨਾਂ ਦਾ ਟਵੀਟ ਕਰਨ ਦਾ ਕਿਸੇ ਤੇ ਡਾਇਰੈਕਟ ਅਟੈਕ ਕਰਨ ਦਾ ਤਰੀਕਾ ਹੈ ਉਹਦੇ ਨਾਲ ਜੋ ਬਾਈਡਨ ਭਾਵੇਂ ਉਹ ਵੈਸੇ ਕਿਸੇ ਹੋਰ ਸਾਹਮਣੇ ਖੜੇ ਹੁੰਦੇ ਤਾਂ ਸ਼ਾਇਦ ਗੱਲ ਵੱਖਰੀ ਹੁੰਦੀ ਲੇਕਿਨ ਉਹਨਾਂ ਨੂੰ ਜਿੱਤਣ ਦਾ ਜਿਹੜਾ ਜ਼ਿਆਦਾ ਲੋਕ ਸੋਚ ਰਹੇ ਨੇ ਵੀ ਇਹਨਾਂ ਨੇ ਜਿੱਤ ਜਾਣਾ ਇਹ ਸਾਰਾ ਕੁਝ ਦੇਖ ਕੇ ਮਿਸਟਰ ਟਰੰਪ ਦੀ ਗੱਲ ਇੱਕ ਇਹ ਵੀ ਹੈ ਪਹਿਲਾਂ ਵੀ ਇੱਕ ਵਾਰੀ ਬਹੁਤ ਵਾਰੀ ਗੱਲ ਹੋਈ ਹੈ ਵੀ ਇਹਨਾਂ ਨੂੰ ਹਾਰਨਾ ਪਸੰਦ ਨਹੀਂ ਕੋਈ ਇਹਨਾਂ ਨੂੰ ਕੋਈ ਗੱਲ ਪੁੱਛੇ ਇਹਨਾਂ ਨੂੰ ਉਹ ਪਸੰਦ ਨਹੀਂ ਔਰ ਇਸ ਵਾਰੀ ਚਾਂਸਸ ਜਦੋਂ ਲੱਗਦੇ ਨੇ ਵੀ ਕੁਛ ਨਾ ਕੁਛ ਹੋਣਾ ਹੈ ਫਿਰ ਉਸ ਟਾਈਮ ਇਹ ਕਹਿੰਦੇ ਇਲੈਕਸ਼ਨਾਂ ਜਿਹੜੀਆਂ ਕੈਨਸਲ ਕਰ ਦਿਓ ਬੰਦ ਕਰ ਦਿਓ ਮੁਲਤਵੀ ਕਰ ਦਿਓ ਲੇਕਿਨ ਯੂਐਸ ਦੇ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਇਲੈਕਸ਼ਨਸ ਜਿਹੜੀਆਂ ਨੇ ਉਹ ਮੁਲਤਵੀ ਇਸ ਹਿਸਾਬ ਨਾਲ ਕੀਤੀਆਂ ਜਾ ਸਕਦੀਆਂ ਜੀ ਬਿਲਕੁਲ ਪੰਡੈਮਿਕ ਦੇ ਕਰਕੇ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਪੰਡੈਮਿਕ ਦੇ ਕਰਕੇ ਬਹੁਤ ਕੁਝ ਨਵਾਂ ਹੋ ਰਿਹਾ ਹੈ ਲੇਕਿਨ ਇਹ ਚੀਜ਼ ਨਾ ਯੂਐਸ ਦੀ ਘੱਟ ਤੇ ਪਰਸਨਲ ਜ਼ਿਆਦਾ ਜੀ ਤੇ ਨਾਲੇ ਜਿੱਦਾਂ ਤੁਸੀਂ ਇਹ ਕਹਿੰਦੇ ਆ ਵੀ ਕਿਤੇ ਹਿਸਟਰੀ ਦੇ ਵਿੱਚ ਨਹੀਂ ਹੋਇਆ ਨਾ ਕਿਤੇ ਲਿਖਿਆ ਇਦਾਂ ਹੀ ਜਿਹੜੀ ਸਟੇਟ ਲੈਵਲ ਸਟੱਡੀਜ਼ ਹੋਈਆਂ ਆ ਉਹਦੇ ਵਿੱਚ ਵੀ ਨਹੀਂ ਲਿਖਿਆ ਵੀ ਜਿਹੜੇ ਮੇਲ ਇਨ ਬੈਲਟਸ ਦੇ ਨਾਲ ਕੋਈ ਜਿਹੜਾ ਫਰਾਡ ਹੋ ਸਕਦਾ ਆ ਤੇ ਨਾ ਹੀ ਉਹਨਾਂ ਨੇ ਕਿਤੇ ਇਹ ਕੈਚ ਕੀਤਾ ਆ ਸੋ ਬਾਕੀ ਗੁੱਡ ਲੱਕ ਟੂ ਡੋਨਲਡ 트럼ਪ ਇਨ ਟ੍ਰਾਈ ਟੂ ਯੂ نو ਗੈਟ ਥਿਸ ਪੁਸ਼ਡ ਫੋਰਵਰਡ ਬਿਲਕੁਲ ਸਹੀ ਹੈ ਹਾਂ ਜੀ ਇਹਦੇ ਵਿੱਚ ਆਪਣੇ ਕੋਲ ਟਾਈਮ ਬਿਲਕੁਲ ਥੋੜਾ ਆ ਅਮਰਤ ਪਰ ਮੈਂ ਥੋੜੇ ਜੇ ਚਾਹੁੰਦੀ ਆ ਕਿ ਕੱਲ ਥੋੜੇ ਜੇ ਇੱਕ ਅਲਾਰਮਿੰਗ ਜਿਹੜਾ ਨੰਬਰ ਕੋਵਿਡ ਕੇਸਸ ਦੇ ਨਾਲ ਯੂ نو ਹਾਜ਼ਰ ਹੋਇਆ ਸਕਾ ਥੋੜਾ ਜਿਹਾ ਉਹਦੇ ਬਾਰੇ ਦੱਸੋ ਵਾਟ ਆਰ ਦ ਕੇਸਸ ਲਾਈਕ ਇਨ ਦ ਵਰਲਡ ਸੁਖੀ ਸਿਰਫ 2 ਦਿਨ ਪਹਿਲਾਂ ਮੈਂ ਇਹ ਖਬਰ ਦਿੱਤੀ ਸੀ ਕਿ ਕੇਸਸ ਜਿਹੜੇ ਨੇ ਉਹ ਵੀਕਐਂਡ ਦੇ ਉੱਪਰ ਕੱਟ ਗਏ। ਹੂੰ ਹੂੰ। ਕੋਰੋਨਾ ਵਾਇਰਸ ਕਦੇ ਵੀ ਛੁੱਟੀਆਂ ਤੇ ਨਹੀਂ ਜਾਂਦਾ ਲੇਕਿਨ ਵੀਕਐਂਡ ਦੇ ਉੱਪਰ ਰਿਪੋਰਟਿੰਗ ਕੱਟ ਹੋਈ ਹੈ। ਜੀ। ਕੱਲ ਜਿੰਨੇ ਕੁ ਨੰਬਰਸ ਆਏ ਨੇ ਉਹ 290300 ਤੋਂ ਉੱਪਰ ਕੇਸਸ ਇੱਕ ਦਿਨ ਦੇ ਵਿੱਚ ਸਾਰੀ ਦੁਨੀਆ 'ਚ ਆਏ ਨੇ। ਔਰ ਇਹਦੇ ਵਿੱਚ 1 ਕਰੋੜ ਤੇ 73 ਲੱਖ ਤੋਂ ਉੱਤੇ ਅਸੀਂ ਆਲਰੇਡੀ ਪਹੁੰਚ ਗਏ ਹਾਂ ਸਾਰੀ ਦੁਨੀਆ ਦੇ ਵਿੱਚ। ਕੱਲ 67000 ਕੇਸ ਕੱਲੇ ਯੂਐਸ ਦੇ ਵਿੱਚ ਨੇ। ਹੂੰ ਹੂੰ। 67000 ਦੇ ਵਿੱਚੋਂ ਉਧਰ ਕੈਲੀਫੋਰਨੀਆ, ਟੈਕਸਾਸ ਤੇ ਨਾਲ ਦੀ ਨਾਲ ਫਿਰ ਉਧਰ ਫਲੋਰੀਡਾ। ਇਹਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਨੇ ਕੱਲ ਇਹ ਤਿੰਨਾਂ ਦੇ ਵਿੱਚ ਰੈਕર્ડ ਟੁੱਟ ਗਏ ਨੇ ਇੰਨੀਆਂ ਜ਼ਿਆਦਾ ਮੌਤਾਂ ਨੇ ਕੱਲ ਇੱਕ ਦਿਨ ਦੇ ਵਿੱਚ ਜਿਹੜੀ ਯੂਐਸ ਦੇ ਵਿੱਚ 1485 ਮੌਤਾਂ ਹੋਈਆਂ ਹਮਮਹਮ ਵਿਚ ਇਸ ਲਾਈਕ ਵੈਰੀ ਹਾਈ ਤੇ ਉਸ ਤੋਂ ਬਾਅਦ ਫਿਰ ਜੇ ਅਸੀਂ ਇਹ ਦੇਖਦੇ ਹਾਂ ਤਾਂ 45 ਲੱਖ ਤੇ 68000 ਤੇ ਯੂਐਸ ਆਲਰੇਡੀ ਪਹੁੰਚ ਗਿਆ 4.568 ਮਿਲੀਅਨ ਦੇ ਉੱਤੇ ਵਾਓ ਜੇ ਬ੍ਰਾਜ਼ਿਲ ਦੀ ਗੱਲ ਕਰਦੇ ਆ ਬ੍ਰਾਜ਼ਿਲ ਦੇ ਵਿੱਚ ਅੱਜ ਤੱਕ ਇੰਨੇ ਕੇਸ ਨਹੀਂ ਸੀ ਆਏ 71000 ਤੋਂ ਉੱਪਰ ਕੇਸ ਆਏ ਤੇ 1554 ਮੌਤਾਂ ਹੋਈਆਂ ਇੰਡੀਆ ਦੇ ਵਿੱਚ ਕੇਸ 50000 ਤਾਂ ਆਪਾਂ ਗੱਲਬਾਤ ਕਰਦੇ ਸੀ ਕੱਲ 52200 ਤੋਂ ਉੱਪਰ ਸੀ ਹਮਮ ਔਰ 779 ਜਿਹੜੀਆਂ ਨੇ ਉੱਥੇ ਡੈਥਸ ਇਹਦੇ ਕਰਕੇ ਹੋਈਆਂ ਕੈਨੇਡਾ 'ਚ 476 ਕੇਸ ਆਏ ਨੇ 5 ਮੌਤਾਂ ਹੋਈਆਂ ਨੇ ਲੇਕਿਨ ਅੱਗੇ ਨਾਲੋਂ ਨੰਬਰ ਥੋੜੇ ਜਿਹਾ ਵਧੇ ਨੇ ਲੇਕਿਨ ਇੱਕ ਗੱਲ ਹੋਰ ਜ਼ਰੂਰ ਦੱਸਣਾ ਚਾਹੂੰਗੀ ਸਾਊਦੀ ਅਰੇਬੀਆ ਦੇ ਵਿੱਚ ਹੱਜ ਦਾ ਵਕਤ ਹੈ 2.5 ਮਿਲੀਅਨ ਲੋਕ ਉੱਥੇ ਜਾਂਦੇ ਨੇ ਇਸ ਵਾਰੀ ਹੱਜ ਪਹਿਲੀ ਵਾਰੀ ਹਿਸਟਰੀ ਦੇ ਵਿੱਚ 10000 ਲੋਕਾਂ ਦੇ ਵਿੱਚ ਕੀਤੀ ਗਈ ਹੈ 6 ਫੁੱਟ ਦਾ ਫਾਸਲਾ ਰੱਖ ਕੇ ਪਹਿਲੀ ਵਾਰੀ ਇਹ ਗੱਲ ਹੋਈ ਹੈ ਫਰਾਂਸ ਦੇ ਵਿੱਚ ਜਿਹੜੇ ਹੈ ਉਹਨਾਂ ਨੇ ਕਿਹਾ ਸਾਡੇ ਡੇਲੀ ਕੇਸਸ ਸਪਾਈਕ ਅਪ ਹੋ ਰਹੇ ਨੇ ਗੁਆਟੇਮਾਲਾ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਅੱਜ ਫੜਿਆ ਗਿਆ ਇਹ ਹੈ ਵੀ ਕਬਰਾਂ ਖੋਦੋ ਔਰ ਉਹਨਾਂ ਨੇ ਕਿਹਾ ਸਾਡੇ ਕੋਲ ਇੰਨੀਆਂ ਬਾਡੀਜ਼ ਐਕਸਟਰਾ ਆਈਆਂ ਨੇ ਜਿਹੜੀਆਂ ਅਸੀਂ ਰਿਪੋਰਟਿੰਗ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਦੂਸਰੀ ਹਰ ਇੱਕ ਵਿਅਕਤੀ ਨਾ ਬਹੁਤ ਜ਼ਿਆਦਾ ਜੋਰਾਂ ਦੇ ਨਾਲ ਤਿਆਰੀ ਕਰ ਰਿਹਾ ਅਰਜنٹੀਨਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਸੇਰਮ ਤਿਆਰ ਕੀਤਾ ਗਿਆ ਜਿਹੜੇ ਘੋੜਿਆਂ ਦੇ ਵਿੱਚ ਐਂਟੀਬਾਡੀਜ਼ ਬਣਦੀਆਂ ਨੇ ਜਿਹੜੇ ਮਤਲਬ ਘੋੜਿਆਂ ਦੇ ਵਿੱਚ ਉਹਨਾਂ ਦੇ ਨਾਲ ਕਲੀਨिकल ਟਰਾਇਲ ਸ਼ੁਰੂ ਕੀਤੇ ਗਏ ਨੇ ਲੋਕਾਂ ਦੇ ਉੱਪਰ ਤਾਂ ਕਿ ਲੋਕਾਂ ਦੇ ਵਿੱਚ ਉਹੋ ਜਿਹੀਆਂ ਐਂਟੀਬਾਡੀਜ਼ ਬਣਨ ਤੇ ਲੋਕ ਕਰੋਨਾ ਵਾਇਰਸ ਤੋਂ ਬਾਹਰ ਆ ਸਕਣ ਹਰ ਇੱਕ ਦੀ ਜਦੋਜਹਦ ਜਾਰੀ ਹੈ ਲੇਕਿਨ ਇੱਕ ਕਰੋਨਾ ਵਾਇਰਸ ਹੈ ਜਿਹੜਾ ਆਲਮੋਸਟ 3 ਲੱਖ ਇੱਕ ਦਿਨ ਦੇ ਵਿੱਚ ਪਹੁੰਚ ਗਿਆ ਜਿਹਨੂੰ ਕਿ ਤਕਰੀਬਨ 1 ਲੱਖ ਹੁੰਦੇ ਨੂੰ 3.5 ਮਹੀਨੇ ਤੋਂ ਉੱਪਰ ਲੱਗ ਗਿਆ ਸੀ ਜੀ ਬਿਲਕੁਲ ਸੋ ਇਟਸ ਅਲਾਰਮਿੰਗ ਦੈਟ ਇਟਸ ਗੋਇੰਗ ਅਪ ਯਾ ਡੈਫਨਿਟਲੀ ਇਟਸ ਅਲਾਰਮਿੰਗ ਅਗੇਨ ਹਮੇਸ਼ਾ ਦੀ ਤਰ੍ਹਾਂ ਹੋਪਿੰਗ ਦੇਰ ਵਿਲ ਬੀ ਵੈਕਸੀਨ ਆਊਟ ਸੂਨ ਜਿੱਥੋਂ ਤੱਕ ਸਟੱਡੀਜ਼ ਹੋ ਰਹੀਆਂ ਆ ਲੱਗਦਾ ਵੀ ਕਿਤੇ ਨਾ ਕਿਤੇ ਤਰੱਕੀ ਹੋ ਰਹੀ ਆ ਪਰ ਉਹ ਕਦੋਂ ਪੇਸ਼ ਹੋਗੀ ਉਹ ਹੁਣ ਰਾਪੀ ਜਾਣੇ ਥੈਂਕ ਯੂ ਸੋ ਮੱਚ ਨੋ ਪ੍ਰੋਬਲਮ ਅਮਰਿਤ ਫਾਰ ਜੁਆਇਨਿੰਗ ਅਸ ਇਨ ਦ ਮਾਰਨਿੰਗ ਸ਼ੋਅ ਲੁੱਕ ਫੋਰਵਰਡ ਟੂ ਹੈਵਿੰਗ ਯੂ ਬੈਕ ਅਗਲਾ ਜਿਹੜਾ ਸੈਗਮੈਂਟ ਆ ਅੱਪਾ ਯੂਕੇ ਦੇ ਵਿੱਚ ਜਾਣ ਜਾ ਰਹੇ ਆ ਵਿਦ ਟੂ ਪੀਪਲ ਜਾਸ ਸਿੰਘ ਜੋ ਕਿ ਸਿੱਖ ਫੈਡਰੇਸ਼ਨ ਯੂਕੇ ਦੇ ਨਾਲ ਆ ਤੇ ਗੌਰਪ੍ਰੀਤ ਸਿੰਘ ਜੋ ਕਿ ਇੱਕ ਉਥੇ ਵਕੀਲ ਵੀ ਹਨ ਬਟ ਸਭ ਤੋਂ ਜਿਹੜੀ ਆਈ ਥਿੰਕ ਮੋਰੰਜੀਸ ਆ ਕਿ ਜਗਤਾਰ ਜੱਗੀ ਸਿੰਘ ਜੋਲ ਦੇ ਉਹ ਵੱਡੇ ਵੀਰ ਹਨ ਤੇ ਆ ਮੋਰ ਇੰਡੀਆ ਪਾ ਜਾਣਦੇ ਆ ਖਾਸ ਕਰਕੇ ਜਿਹੜੇ ਨਾਲ ਫੋਲੋ ਕਰਦੇ ਦੋ ਸਾਲ ਹੋ ਗਏ ਉਹਨਾਂ ਨੂੰ ਉਥੇ ਡੀਟੇਨ ਕੀਤਾ ਹੋਇਆ ਇਲੀਗਲੀ ਸੋ ਉਹਦੀ ਅਪਡੇਟ ਲੈ ਕੇ ਉਹ ਅਗਲੇ ਸੈਗਮੈਂਟ ਦੇ ਵਿੱਚ ਸਾਰਨਾਵ ਹਾਜ਼ਰ ਆ ਸੋ ਵੀ ਵਾਣਾ ਟ ਗੈਟ them on as soon as possible look forward to having you back tomorrow that's right thank you so much sukhi and general uh, punjabi ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਨ ਜੁੜਦੇ ਰਹੋ ਅਸੀਂ ਆਉਦੇ ਹਾਂ ਦੂਜੀ ਸੈਗਮੈਂਟ ਤੁਹਾਡੇ ਵਾਸਤੇ ਲੈ ਕੇ we'll be right back after this short little break ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।